ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੋਸਤ ਰਜਿੰਦਰ ਬਰਾੜ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ, ਜੇਕਰ ਆਪਾਂ ਫਿਲਮਾਂ ਦੀ ਗੱਲ ਕਰੀਏ ਤਾਂ ਫਿਲਮਾਂ ਦੇ ਵਿੱਚ ਜਿਹੜੀ ਬਾਇਓਪਿਕ ਬਣਾਉਣ ਦਾ ਜਿਹੜਾ ਸਿਲਸਿਲਾ ਲਗਾਤਾਰ ਜਾਰੀ ਹੈ, ਅਤੇ ਇਹ ਸਿਲਸਿਲਾ ਇਸ ਕਰਕੇ ਵੀ ਜਾਰੀ ਹੈ ਕਿਉਂਕਿ ਜੋ ਵੀ ਬਾਇਓਪਿਕ ਬਣਦੀ ਆ ਉਹ ਸਫਲਤਾ ਦੇ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਸੋ ਚਾਹੇ ਆਪਾਂ ਹਿੰਦੀ ਮੂਵੀਜ਼ ਦੀ ਗੱਲ ਕਰ ਲਈਏ ਜਾਂ ਪੰਜਾਬੀ ਦੀ ਗੱਲ ਕਰ ਲਈਏ, ਹਰੇਕ ਡਾਇਰੈਕਟਰ ਅਤੇ ਪ੍ਰੋਡਿਊਸਰ ਇਹ ਚਾਹੁੰਦਾ ਕਿ ਉਹ ਲੋਕਾਂ ਦੇ ਇੱਕ ਅਜਿਹੇ ਹੀਰੋ 'ਤੇ ਬਾਇਓਪਿਕ ਬਣਾਵੇ ਜਿਸ ਨੂੰ ਲੋਕ ਪਸੰਦ ਕਰਦੇ ਹੋਣ। ਸੋ ਹੋ ਵੀ ਇੱਦਾਂ ਹੀ ਰਿਹਾ, ਚਾਹੇ ਆਪਾਂ ਹਿੰਦੀ ਮੂਵੀਜ਼ ਦੀ ਗੱਲ ਕਰ ਲਈਏ, ਜੋ ਅੱਜ ਕੱਲ੍ਹ ਚੱਲ ਰਹੀ ਹੈ ਸੰਜੂ ਮੂਵੀ, ਜੋ ਆਪਾਂ ਗੱਲ ਕਰ ਚੁੱਕੇ ਹਾਂ, ਕਾਫੀ ਜ਼ਿਆਦਾ ਉਸ ਮੂਵੀ ਨੇ ਸਫਲਤਾ ਪ੍ਰਾਪਤ ਕੀਤੀ ਹਿੰਦੀ ਮੂਵੀਜ਼ ਦੇ ਵਿੱਚ, ਬਾਗ ਮਿਲਖਾ ਬਾਗ। ਇਸ ਤੋਂ ਇਲਾਵਾ ਐਮ ਐਸ ਧੋਨੀ ਦੀ ਲਾਈਫ 'ਤੇ ਵੀ ਇੱਕ ਬਾਇਓਪਿਕ ਬਣ ਚੁੱਕੀ। ਉਸੇ ਤਰ੍ਹਾਂ ਜਦੋਂ ਪੰਜਾਬੀ ਮੂਵੀ ਦੇ ਵਿੱਚ ਬਾਇਓਪਿਕ ਦਾ ਸਿਲਸਿਲਾ ਸ਼ੁਰੂ ਹੋਇਆ, ਜਿਵੇਂ ਹਰਜੀਤਾ ਮੂਵੀ ਜੋ ਕਿ ਐਮੀ ਵਿਰਕ ਦੀ ਮੂਵੀ ਸੀ, ਬਹੁਤ ਜ਼ਿਆਦਾ ਸਫਲ ਰਹੀ। ਉਸੇ ਤਰ੍ਹਾਂ ਹੁਣ ਇਹ ਪਲੈਨਿੰਗ ਚੱਲ ਰਹੀ ਹੈ ਕਿ ਯੁਵਰਾਜ ਸਿੰਘ ਦੀ ਜਿਹੜੀ ਬਾਇਓਪਿਕ ਉਹ ਜਲਦੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਆ। ਹੁਣ ਦੱਸ ਦਈਏ ਦੋਸਤੋ ਕਿ ਇਸ ਦਾ ਔਫਰ ਦਿਲਜੀਤ ਦੁਸਾਂਝ ਨੂੰ ਦਿੱਤਾ ਗਿਆ, ਪਰ ਦਿਲਜੀਤ ਦੁਸਾਂਝ ਨੇ ਇਸ ਮੂਵੀ ਦੇ ਲਈ ਇਨਕਾਰ ਕਰ ਦਿੱਤਾ। ਸੋ ਇਸੇ ਬਾਰੇ ਆਪਾਂ ਗੱਲਬਾਤ ਕਰਨ ਵਾਲੇ ਹਾਂ ਕਿ ਕੀ ਕਾਰਨ ਸੀ ਕਿ ਦਿਲਜੀਤ ਨੇ ਐਡੀ ਵੱਡੀ ਮੂਵੀ ਲਈ ਇਨਕਾਰ ਕੀਤਾ। ਸੋ ਤੁਸੀਂ ਇਹ ਵੀਡੀਓ ਦੇਖਦੇ ਰਹੋ। ਇਸ ਤੋਂ ਪਹਿਲਾਂ ਕਿ ਆਪਾਂ ਇਸ ਬਾਰੇ ਗੱਲਬਾਤ ਕਰੀਏ, ਮੈਂ ਤੁਹਾਨੂੰ ਇੱਕ ਰਿਕੁਐਸਟ ਕਰ ਦੇਣੀ ਚਾਹੁੰਦਾ ਕਿ ਜੇਕਰ ਤੁਸੀਂ ਆਪਣਾ ਚੈਨਲ ਆਰ ਬੀ ਪੰਜਾਬੀ ਫਨ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਵੀਡੀਓ ਵਧੀਆ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ। ਇਸ ਤੋਂ ਇਲਾਵਾ ਇੱਕ ਕਮੈਂਟ ਵੀ ਕਰੋ ਕਿ ਕੀ ਯੁਵਰਾਜ ਸਿੰਘ ਦੀ ਲਾਈਫ ਦੇ ਉੱਪਰ ਮੂਵੀ ਬਣਨੀ ਚਾਹੀਦੀ ਹੈ ਜਾਂ ਨਹੀਂ। ਸੋ ਦੋਸਤੋ, ਗੱਲ ਕਰਦੇ ਹਾਂ ਕਿ ਕੀ ਕਾਰਨ ਸੀ ਕਿ ਦਿਲਜੀਤ ਨੇ ਇਸ ਮੂਵੀ ਦੇ ਲਈ ਇਨਕਾਰ ਕੀਤਾ। ਦੋਸਤੋ, ਕਾਰਨ ਇਹ ਰਿਹਾ ਕਿ ਦਿਲਜੀਤ ਦੁਸਾਂਝ ਨੇ ਕਿਹਾ ਕਿ ਯੁਵਰਾਜ ਸਿੰਘ ਇੰਡੀਆ ਦੇ ਹੀਰੋ ਅਤੇ ਲੱਖਾਂ ਦਿਲਾਂ ਦੀ ਧੜਕਣ ਆ। ਉਹ ਖੁਸ਼ ਨਸੀਬ ਹੁੰਦੇ ਕਿ ਜੇਕਰ ਉਹ ਇਸ ਕਰੈਕਟਰ ਦੇ ਵਿੱਚ ਫਿੱਟ ਬੈਠਦੇ। ਉਹਨਾਂ ਨੇ ਕਿਹਾ ਕਿ ਯੂਵੀ ਭਾਅ ਜੀ ਪੱਗ ਨਹੀਂ ਬੰਨਦੇ ਅਤੇ ਮੈਂ ਪੱਗ ਬੰਨਦਾ, ਇਸ ਲਈ ਮੈਂ ਬਾਇਓਪਿਕ ਲਈ ਆਪਣੀ ਪੱਗ ਨਹੀਂ ਛੱਡ ਸਕਦਾ। ਸੋ ਮੇਰੇ ਲਈ ਇਹ ਮੁਸ਼ਕਲ ਆ, ਪਰ ਮੈਂ ਖੁਸ਼ਕਿਸਮਤ ਹੁੰਦਾ ਜੇਕਰ ਮੈਂ ਇਸ ਕਰੈਕਟਰ ਦੇ ਵਿੱਚ ਫਿੱਟ ਬੈਠ ਜਾਂਦਾ। ਸੋ ਕਹਿ ਸਕਦੇ ਹਾਂ ਕਿ ਦਿਲਜੀਤ ਦੁਸਾਂਝ ਨੇ ਨਿਸ਼ਚਿਤ ਰੂਪ ਵਿੱਚ ਕਿਹਾ ਕਿ ਉਹ ਇਸ ਕਰਕੇ ਇਹ ਮੂਵੀ ਨਹੀਂ ਬਣਾ ਰਹੇ ਕਿਉਂਕਿ ਯੁਵਰਾਜ ਸਿੰਘ ਵਾਂਗ ਦਿਖਣ ਦੇ ਲਈ ਆਪਣੀ ਜਿਹੜੀ ਪਗੜੀ, ਆਪਣੀ ਪਹਿਚਾਣ ਨਹੀਂ ਛੱਡਣੀ ਚਾਹੁੰਦੇ। ਇਸ ਮੂਵੀ ਦੇ ਲਈ ਦਿਲਜੀਤ ਦੁਸਾਂਝ ਨੇ ਇਸ ਲਈ ਇਨਕਾਰ ਕਰ ਦਿੱਤਾ। ਦੋਸਤੋ, ਦੱਸ ਦਈਏ ਕਿ ਜਿਹੜਾ ਯੁਵਰਾਜ ਸਿੰਘ ਦੇ ਉੱਪਰ ਜੇਕਰ ਕੋਈ ਮੂਵੀ ਆਉਂਦੀ ਹੈ ਤਾਂ ਉਹ ਬਹੁਤ ਵਧੀਆ ਮੂਵੀ ਹੋਊਗੀ, ਕਿਉਂਕਿ ਆਪਾਂ ਜਾਣਦੇ ਹਾਂ ਕਿ ਯੁਵਰਾਜ ਸਿੰਘ ਕਿਸ ਤਰ੍ਹਾਂ ਕੈਂਸਰ ਦੇ ਨਾਲ ਲੜਿਆ ਅਤੇ ਇੰਡੀਆ ਦੇ ਲਈ ਵਰਲਡ ਕੱਪ ਲੈ ਕੇ ਆਇਆ। ਸੋ ਉਹਨਾਂ ਦੀ ਜਿਹੜੀ ਲਾਈਫ ਸਟੋਰੀ ਹੈ ਕਾਫੀ ਸੰਘਰਸ਼ ਨਾਲ ਭਰੀ ਹੋਈ ਆ। ਸੋ ਕਾਫੀ ਕੁਝ ਸਿੱਖਣ ਨੂੰ ਵੀ ਮਿਲੂਗਾ ਆਪਾਂ ਨੂੰ, ਇੰਤਜ਼ਾਰ ਰਹੂਗਾ ਕਿ ਜਦੋਂ ਵੀ ਕੋਈ ਐਕਟਰ ਇਹ ਮੂਵੀ ਲੈ ਕੇ ਆਉਂਦਾ ਤਾਂ ਦਰਸ਼ਕ ਸ਼ਾਇਦ ਇਸ ਮੂਵੀ ਨੂੰ ਦੇਖਣ ਦੇ ਲਈ ਇੰਤਜ਼ਾਰ ਕਰਨਗੇ। ਸੋ ਤੁਸੀਂ ਜ਼ਰੂਰ ਦੱਸੋ ਕਿ ਕੀ ਯੁਵਰਾਜ ਸਿੰਘ ਦੀ ਲਾਈਫ ਦੇ ਉੱਪਰ ਕੋਈ ਮੂਵੀ ਬਣਦੀ ਹੈ ਤਾਂ ਉਹ ਸਕਸੈਸਫੁਲ ਰਹੂਗੀ। ਪਲੀਜ਼ ਕਮੈਂਟ ਦੇ ਵਿੱਚ ਦੱਸੋ, ਆਪਾਂ ਅਗਲੀ ਵੀਡੀਓ ਵਿੱਚ ਤੁਹਾਡੇ ਕਮੈਂਟਸ ਬਾਰੇ ਗੱਲਬਾਤ ਵੀ ਕਰਾਂਗੇ। ਸੋ ਵੀਡੀਓ ਵਾਚ ਕਰਨ ਦੇ ਲਈ ਥੈਂਕ ਯੂ ਸੋ ਮੱਚ।